मैं तैयार तो हो गई बुझड़ने नहीं अच फिर मेरे नाल जाना कदे नहीं शौक नाल मेरे नाल उठ के तुरिया भी मैं भी चलना तेरे नाल कदे मेरे नाल भी तुर पे सारा दिन खेती नहीं तो ठीक है मैनूं बाजार लेके चलो बस ये थोड़ा सुननिया नहीं मैं फिर तेरे जोगा ही रह गया वेला होर किहदे जोगे रहोगे देख मेरी गल सुन तू तो रोज ही शहर छपाटे चक लैनी है कदे दड़बे जाने कहनी है कदे पत्तने ना मैं खेत देखा कि मैं तेनू देखा होर मैं थोड़ी तरह बूझण बन जा खेतों बारे सोची जावा ब्याह तो बाद होर भी कोई जिंदगी होंगी कल खेत ही नहीं होंगे ब्याह तो पहला मैं किन्ने सपने देखे सी मैं फिल्मा देखूंगी मैं मॉलों च घूमूंगी जाऊंगी जदों का तेरे ब्याह ही है ना मेरे शौक ही मिट्टी हो गए सारे मेरी गल सुन देख 10 रुपये टिकट लगती है अब बस चढ़ के लंघ जा दस ਇਹਨੇ ਤਾਂ ਮੇਰੀ ਜ਼ਿੰਦਗੀ ਖਰਾਬ ਕਰ ਰੱਖੀ ਆ। ਉਹ ਬਾਈ ਤੂੰ ਮੇਰਾ ਯਾਰ ਫੋਨ ਹੀ ਨਹੀਂ ਚੱਲਦਾ ਹੈਗਾ। ਉਹ ਕਿਵੇਂ ਬਲਕਾਰ? ਸਿਕਾ ਬਾਬੀ। ਹੋਰ ਕੀ ਹੋ ਗਿਆ? ਉਹ ਯਾਰ ਕੀ ਦੱਸਾਂ? ਆ ਸਾਰਾ ਦਿਨ ਲੜੀ ਜਾਂਦੀ ਹੈ ਯਾਰ ਮੇਰੇ ਨਾਲ। ਕਹਿੰਦੀ ਲੱਗ ਲੜਦੀ ਇਹਨਾਂ ਨੂੰ ਖੇਤਾਂ ਦਾ ਫੁਰਸਤ ਨਹੀਂ ਹੈਗੀ। ਕਹਿੰਦੀ ਲੱਜ ਦੜਬੇ ਲੈ ਕੇ ਜਾ। ਕਦੇ ਕਦੇ ਕਹਿੰਦੀ ਕਹਿੰਦੀ ਆ ਪੱਤੜੇ ਲੈ ਕੇ ਜਾ। ਲੈ ਜਾ ਕਿਉਂ ਸਾਡੀ ਭਰਜਾਈ ਦਾ ਸ਼ਰਾਫ ਲੈਣਾ ਵਿਚਾਰੀ ਦਾ। ਲੈ ਜਾ ਕਰ ਕਦੇ। ਉਹ ਬਲਕਾਰ ਮੈਨੂੰ ਤਾਂ ਯਾਰ ਪਹਿਲੀ ਨਹੀਂ ਖੇਤਾਂ ਖੇਤੀਬਾੜੀ ਦੇ ਕੰਮਾਂ 'ਚੋਂ ਟਾਈਮ ਨਿਕਲਦਾ ਹੈਗਾ। ਮੈਂ ਇਹਨੂੰ ਕਿੱਥੋਂ ਲੈ ਜਾ ਭਲਾ? ਕੰਮ ਤਾਂ ਬਾਬੀ ਬਹੁਤ ਹੈ। ਹੋਰ ਕੌਣ ਲਿਆਉ? ਦੱਸੋ ਤਾਂ ਸਹੀ ਲੈ ਕੇ ਕੌਣ ਜਾਊ? ਮੈਂ ਇਹਨਾਂ ਨੂੰ ਹੀ ਕਹਾਂਗੀ। ਚਲੋ ਤਾਂ ਠੀਕ ਆ ਬਾਬੀ, ਕੰਮ ਵੀ ਸਾਨੂੰ ਬਹੁਤ ਨਿਖੇਤ ਹੁਣ ਜਾਣਾ ਗਾ ਤਾਂ। ਓਏ ਆ ਮੀਂਹ ਵਾਲਾ ਮੌਸਮ ਹੋਇਆ ਪਿਆ ਉੱਪਰੋਂ ਇੱਕ। ਓਏ ਯਾਰ ਇਹ ਤਾਂ ਐਵੇਂ ਬੋਲੀ ਜਾਂਦੀ ਆ ਬਲਕਾਰ, ਤੂੰ ਦੱਸ ਕਿਵੇਂ ਆਇਆ ਸੀ? ਮੈਂ ਤੂੰ ਖੇਤ ਜਾਣ ਨੂੰ ਕਹਿੰਦਾ ਆਪਾਂ ਖੇਤ ਚੱਲਦੇ ਆਂਗੇ। ਓ ਹਾਂ ਯਾਰ, ਉਹ ਕੱਖ ਵੱਢ ਕੇ ਲੈ ਕੇ ਆਉਣੇ ਨੇ। ਬਾਬੀ ਨੂੰ ਤੂੰ ਬਾਅਦ ਚ ਲੈ ਜੀ, ਆਪਾਂ ਖੇਤ ਚੱਲਦੇ ਨਾਲ ਕੰਮ ਕਰ ਰਹੇ ਨੇ ਇੱਕ ਦੋ ਹੋਰ ਉੱਤੇ। ਓਏ ਇਹਨੂੰ ਕੌਣ ਲੈ ਕੇ ਜਾਂਦੇ ਤਾਂ ਬੇਲੀ ਆ ਯਾਰ, ਆਪਾਂ ਕੰਮ ਕਰੀਏ ਯਾਰ। ਫਿਰ ਤੁਰ ਗਏ ਮੂੰਹ ਚੱਕ ਕੇ ਖੇਤਾਂ ਨੂੰ। ਖੇਤਾਂ ਤੋਂ ਬਿਨਾਂ ਇਹਦੇ ਕੋਲ ਕੋਈ ਕੰਮ ਨਹੀਂ। ਆ ਗਿਆ ਖੇਤ, ਵਗ ਗਿਆ ਖੇਤ। ਕਰ ਲੋ ਕਿਸੇ ਦਾ ਫਾਇਦਾ, ਆ ਕਲਜੋ ਚ ਵੀ ਕਿਸੇ ਦਾ ਫਾਇਦਾ ਕਰਨ ਦਾ ਕੋਈ ਫਾਇਦਾ ਨਹੀਂ। ਮੈਨੂੰ ਲੋੜ ਨਹੀਂ ਫਾਇਦੇ ਦੀ, ਤੇਰੇ ਵਰਗੇ ਛੱਤੀ ਦੇਖਿਆ ਤੁਰਦਾ ਲੱਗੇ ਤੂੰ।
ਵੱਡਾ ਆ ਰਾਂਝਾ ਮੈਂ ਲੈ ਜਾ ਭਾਬੀ ਵੱਡਾ ਹੀ ਕਰਦਾ ਹੈ मेरी गल सुन हुण खेती पत्ती दे सारे काम निबड़ गए अज मैं बेलां जी कहे तां मैं तैनूं लै चलदा रहण दा लोड़ नहीं अगे तुहाडे नाल ही काम चलदे आ मेरे आपदे खेत सामो अपनी खेती पत्ती सामो बहाने मारने पेंदे कदे तां टाइम नाल आ जा कर यार कदे टाइम नाल की फोन भी ला सकते हो सारा दिन कि मेनु पुछ के देखो ना तेरी पर जुरे वाली लग रही है ताही जश तेरे नाल अख नहीं मिलिया दीदी चल इधर करावा भूगा चल भाई नूं दस्सदा जुड़ी ओ भाई मैनू एक गल दस यार तुहाडी लड़ाई बहुत हुंदी दोए जीं दी आपस च ओ एक काम लिया लड़ाइयां भला तू मैनू ऐ दस्स किहड़े घरां च नहीं हुंदियां सारे घरां च हुंदियां ने नाले जिथे प्यार हुंदा है लड़ाई भी तां उत्थे हुंदी है ओ यार प्यार पूर मैनू तां लगदा नहीं मैं तां जदों तुहाडे घरे जांदागा तुहाडी तां रामायण कथा चल रही हुंदी हैगी ਉਹ ਪਤਾ ਗੱਲ ਕੀ ਹੈ ਬਲਕਾਰ ਤੈਨੂੰ ਨਹੀਂ ਹਲੇ ਗੱਲਾਂ ਬਾਰੇ ਪਤਾ ਜਦੋਂ ਤੇਰਾ ਵਿਆਹ ਹੋਊਗਾ ਨਾ ਤੈਨੂੰ ਫੇਰ ਪਤਾ ਲੱਗੂਗਾ ਵੀ ਅਸਲੀ ਪਿਆਰ ਕੀ ਹੁੰਦਾ ਲੜਾਈਆਂ ਕੀ ਹੁੰਦੀਆਂ ਨੇ ਅੱਛਾ ਬਈ ਹਾਂ ਕਿਵੇਂ ਨਾਲ ਇੱਕ ਮੇਰੀ ਗੱਲ ਹੋਰ ਸੁਣ ਆ ਜਾਦੇ ਪੜ੍ਹੀ ਲਿਖੀ ਨਾ ਲਈ ਆਪਦੇ ਮੰਗੂ 2000 ਪੜ੍ਹੀ ਲਿਖੀ ਲੈ ਲਈ ਉਹ ਗੱਲ ਤਾਂ ਬਈ ਓਏ ਤੰਗ ਕਰਦੀਆਂ ਨੇ ਯਾਰ ਜਾਦੇ ਪੜ੍ਹੀ ਲਿਖੀ ਆ ਦੇਖ ਲੈ ਹੁਣ ਮੇਰੇ ਵਾਲੀ ਕਦੇ ਕਦੇ ਕਿਤੇ ਜਾਣ ਨੂੰ ਕਹਿ ਦਿੰਦੀ ਆ ਕਦੇ ਕਿਤੇ ਜਾਣ ਨੂੰ ਕਹਿੰਦੀ ਅੱਜ ਕਹਿੰਦੀ ਲੈ ਮੈਨੂੰ ਕਹਿੰਦੀ ਮੈਂ ਮੱਸਿਆ ਤੇ ਜਾਣਾ ਹੈ ਤੇ ਨਾਲੇ ਬਾਈ ਗੱਲ ਆਏ ਐ ਹੁਣ ਆਪਣੀ ਹੈਗੀ ਆ ਕਬੀਲਦਾਰੀ ਸਾਰੀ ਸੈੱਟ ਹਾਂ ਬਾਈ ਉਹ ਤਾਂ ਆ ਤੇ ਕੋਈ ਟੈਨਸ਼ਨ ਨਹੀਂ ਹੈਗੀ ਹਨਾ ਤੇ ਨਾਲੇ ਬਾਕੀ ਬਾਈ ਲੜਦੀਆਂ ਭਿੜਦੀਆਂ ਦਾ ਰਹਿੰਦੀ ਹੁੰਦੀਆਂ ਨੇ ਬਾਕੀ ਯਾਰ ਤੇਰੀ ਪਰਜਾਈ ਸਿਆਣੀ ਬਹੁਤ ਐ ਬਾਈ ਹਾਂ ਇਹ ਗੱਲ ਤਾਂ ਵੀ ਮੈਨੂੰ ਵੀ ਲੱਗਦੀ ਓ ਬਾਈ ਜੁਰੇ ਹਾਂ ਓ ਜੁਰੇ ਭਾਬੀ ਭਾਬੀ ਓ ਕੀ ਹੋ ਗਿਆ ਭਾਬੀ ਨੂੰ ਓ ਭਾਬੀ ਪਤਾ ਨਹੀਂ ਕਿਹਦੇ ਨਾਲ ਖੜੀ ਉੱਥੇ ਚੋਲ ਮੋਲ ਕਰਨ ਲੱਗ ਰਹੀ ਐ ਓ ਬਾਈ ਤੂੰ ਤਾਂ ਕਹਿੰਦੀ ਪਰ ਇਹ ਸਿਆਣੀ ਬਹੁਤ ਆ ਗਈ ਆ ਕਿੱਥੇ ਤਾਂ ਅੱਗੇ ਮੰਡੀ ਜਾਂਦੀ ਐ ਓਏ ਨਹੀਂ ਨਹੀਂ ਬਾਈ ਤੈਨੂੰ ਕੋਈ ਭਲੇਖਾ ਲੱਗਿਆ ਹੋਣਾ ਯਾਰ ਉਹ ਤਾਂ ਮੱਸਿਆ ਤੇ ਗਈ ਐ ਓਏ ਕਿਹੜੀ ਮੱਸਿਆ ਉਹ ਤਾਂ ਕੋਈ ਹੋਰੇ ਪੀਰ ਮਨਾਣ ਲੱਗ ਰਹੀ ਐ ਨਾਲੇ ਜਿਹੜੀ ਤੂੰ ਗੱਲ ਭਲੇਖੇ ਦੀ ਕਰਦਾ ਨਾ ਤੂੰ ਚੱਲ ਮੇਰੇ ਨਾਲ ਮੈਂ ਤੇਰਾ ਵੀ ਭਲੇਖਾ ਦੂਰ ਕਰੂੰਗਾ ਵੀ ਉਹ ਕੀ ਕਰਦੀ ਐ ਆ ਜਾ ਕਰਾ ਚਲੋ ਬਾਈ ਚੱਲ ਓਏ ਕਿਹੜੀ ਮੱਸਿਆ ਕਿਤੇ ਹੋ ਰਹੀ ਹੈ ਚੱਲ ਬਾਈ ਬੈਠੋ ਬਾਈ गुलशरे ना तेन संघ शर्म नहीं होगी है दस भाभी कौन थी कौन थी ਤਾਹੀਂ ਅੱਜ ਜਦੋਂ ਮੈਂ ਸਵੇਰੇ ਨੂੰ ਕਿਹਾ ਵਾਹ ਮੈਂ ਤੇਰੇ ਨਾਲ ਭੱਗ ਜਾਣਾ ਆਪ ਕਹਿੰਦੀ ਕਹਿੰਦੀ ਨਾ ਨਾ ਕਹਿੰਦੀ ਮੈਂ ਤਾਂ ਕੱਲੀ ਜਾਊਂਗੀ ਮੈਨੂੰ ਕੀ ਪਤਾ ਸੀ ਇੱਥੇ ਕੁਛ ਰੇੜਾਉਂਦਾ ਫਿਰਦੀ ਹੈ ਨਹੀਂ ਜੀ ਜੀ ਕੋਈ ਗੱਲ ਨਹੀਂ ਲੈ ਬਈ ਮੈਨੂੰ ਤਾਂ ਕਹਿੰਦੀ ਸੀ ਤੇਰਾ ਬਾਈ ਮੈਨੂੰ ਨਾ ਦਿਲਪੈਲ ਜਾਵੇ ਨਾ ਪਾਤਰ ਨਾਲ ਜਾਵੇ ਨਾ ਕਿਤੇ ਜਾਵੇ ਤੈਨੂੰ ਪੁੱਛਿਆ ਦੀ ਇਹਨੂੰ ਬਾਈ ਦੇਖ ਮੈਂ ਮੰਨਦਾ ਕਿ ਮੈਂ ਆਪਣੀ ਕਬੀਲਦਾਰੀ ਦੇ ਵਿੱਚ ਹੋਵਿਆ ਹੋਇਆ ਮੈਂ ਇਹਨੂੰ ਨਹੀਂ ਲੈ ਕੇ ਜਾ ਸਕਦਾ ਪਰ ਇਹਦਾ ਮਤਲਬ ਇਹ ਥੋੜਾ ਵੀ ਇਹ ਕਿਤੇ ਉਹੀ ਫਰੀ ਜਾਊਗੀ
ਗਲਤ ਗੱਲ ਆ ਬਾਬੀ ਤੂੰ ਇਹਦੇ ਬਾਈ ਦੇ ਅੱਖਾਂ 'ਚ ਘੱਟਾ ਪਾਉਂਦੀ ਫਿਰਦੀ ਹੈਗੀ ਨਹੀਂ ਬਈ ਇਹਦੀ ਕੋਈ ਗੱਲ ਨਹੀਂ ਹੈਗੀ ਬਾਬੀ ਤੇਰੇ ਤੇ ਸਾਨੂੰ ਇੰਨਾ ਯਕੀਨ ਸੀ ਸਾਰੇ ਪਿੰਡ 'ਚ ਤੇਰੀਆਂ ਗੱਲਾਂ ਆਉਂਦੇ ਤੇ ਆ ਵੀ ਉਹਨਾਂ ਦੀ ਨੂੰਹ ਵਰਗੀ ਕੋਈ ਜਨਾਨੀ ਨਹੀਂ ਹੈਗੀ ਆਹ ਦੇਖ ਲੈ ਤੂੰ ਬਾਈ ਦੇਖ ਕੋਈ ਗੱਲ ਨਹੀਂ ਹੈਗੀ ਤੁਸੀਂ ਤਾਂ ਬਿਨਾਂ ਵਜ੍ਹਾ ਦਾ ਮੇਰੇ ਤੇ ਸ਼ੱਕ ਕਰੀ ਜਾਂਦੇ ਹੋ ਕੋਈ ਬਾਈ ਦੇਖ ਮੇਰੀ ਗੱਲ ਸੁਣ ਮੈਂ ਅਨਪੜਾਂ ਇਹ ਜ਼ਿਆਦਾ ਪੜ੍ਹੀ ਲਿਖੀ ਹੈ ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਠੀਕ ਹੈ ਮੈਂ ਯਾਰ ਇਹਦੀਆਂ ਰੀਝਾਂ ਨਹੀਂ ਪੂਰੀਆਂ ਕਰ ਸਕਦਾ ਪਰ ਇਹਦਾ ਮਤਲਬ ਇਹ ਥੋੜ੍ਹਾ ਵੀ ਇਹ ਐਵੇਂ ਫਰੀ ਜਾਊਗੀ ਮੈਂ ਕਬੀਲਦਾਰੀ ਸਾਂਭਦਾ ਮੈਂ ਆਪਦੇ ਘਰ ਦੀ ਆ ਜਿਹੜੇ ਤਾਂ ਸੂਟ ਚੰਗੇ ਚੰਗੇ ਸੂਟ ਪਾ ਰੱਖੇ ਨੇ ਨਾ ਆ ਫਿਰਦੀਆਂ ਕਦੇ ਇੱਧਰ ਫਿਰਦੀਆਂ ਕਦੇ ਇੱਧਰ ਫਿਰਦੀਆਂ ਇਹ ਸਾਰੇ ਖੇਤੀ 'ਚ ਆਉਂਦੇ ਨੇ ਮਾੜਾ ਮੋਟਾ ਦਿਮਾਗ ਲਾ ਤੈਨੂੰ ਸੰਗ ਸ਼ਰਮ ਆਉਣੀ ਚਾਹੀਦੀ ਹੈ ਮੈਨੂੰ ਤੇਰੇ 'ਤੇ ਵਿਸ਼ਵਾਸ ਸੀ ਪਰ ਉਹ ਵਿਸ਼ਵਾਸ ਦਾ ਤਾਂ ਆਹੀ ਨਾਮ ਦਿੱਤਾ ਤੈਨੂੰ ਮਾੜੀ ਮੋਟੀ ਸੰਗ ਸ਼ਰਮ ਆਉਣੀ ਚਾਹੀਦੀ ਹੈ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਤਾਂ ਉਹਨੂੰ ਭੁੱਲਿਆ ਨੀ ਕਹਿੰਦਾ ਨਾਲੇ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਆਪਦੇ ਘਰ ਨਹੀਂ ਖਰਾਬ ਕਰ ਦਿੰਦੇ ਨਾਲੇ ਭਾਬੀ ਨੇ ਮਾਫ਼ੀ ਤਾਂ ਮੰਗ ਲਈ ਤੇ ਤੂੰ ਉਹਨੇ ਆਪਣੀ ਗਲਤੀ ਮੰਨ ਲਈ ਹੁਣ ਬਾਈ ਠੀਕ ਹੈ ਭਾਬੀ ਨਹੀਂ ਅੱਗੇ ਤੋਂ ਨਹੀਂ ਹੁੰਦੀ ਮਾਫ਼ ਕਰ ਦੇ ਚੱਲ ਫਿਰ ਕਰੇ ਚੱਲੀਏ।